ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਿਆ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਲੈਕਸ਼ਨ ਬਹੁਤ ਪਿਆਰੀ ਲੈ ਕੇ ਆਈ ਹਾਂ। ਪਹਿਲਾਂ ਵੀਡੀਓ ਪਾਈ ਸੀਗੀ ਹੈਂਡਵਰਕ ਦੇ ਪਾਰਟੀ ਵੀਅਰ ਸੂਟਾਂ ਦੀ ਅਤੇ ਘੱਟ ਪ੍ਰਾਈਸ ਵਾਲਿਆਂ ਦੀ, ਬਹੁਤ ਵੀਡੀਓ ਨੇ ਮਤਲਬ ਇਹ ਕਹਿ ਦਿੰਦੇ ਕਿ ਹੱਲਾ ਬੋਲਿਆ ਕਿ ਸਾਨੂੰ ਮਤਲਬ ਸਭ ਨੂੰ ਬਹੁਤ ਸੂਟ ਪਸੰਦ ਆਏ ਨੇ, ਇੱਦਾਂ ਦੇ ਸੂਟ ਹੋਰ ਲੈ ਕੇ ਆਓ ਜੀ। ਮੈਂ ਇੱਦਾਂ ਦੀਆਂ ਹੀ ਵੀਡੀਓ ਤੁਹਾਡੇ ਵਾਸਤੇ ਹੋਰ ਲੈ ਕੇ ਆ ਰਹੀ ਹਾਂ। ਵੈਸੇ ਤਾਂ ਇੱਕ ਵੀਡੀਓ ਅੱਜ ਮੈਂ ਤੁਹਾਨੂੰ ਦਿਖਾਈ ਰਹੀ ਹਾਂ, ਹੈਂਡਵਰਕ ਦੇ ਸੂਟ ਨੇ, ਅਲੱਗ ਅਲੱਗ ਨਵੇਂ ਨਵੇਂ ਜਿਹੇ ਸਟੱਫਾਂ ਦੇ ਉੱਪਰ ਸੂਟ ਰੈਡੀ ਕਰਵਾਏ ਹੋਏ ਨੇ। ਸੈੱਟ ਵਾਈਜ਼ ਸੂਟ ਨੇ ਜੀ ਸਾਰੇ, ਮਤਲਬ ਕਿ ਇੱਕ ਸੂਟ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗੀ। ਇਹੀ ਵਰਕ ਤੁਸੀਂ ਸੇਮ ਸਿੰਗਲ ਸੂਟ 'ਤੇ ਕਰਾਉਣਾ ਤਾਂ ਥੋੜ੍ਹਾ ਜਿਹਾ ਕੋਸਟ ਉਹਦੀ ਅੱਪ ਹੋ ਜਾਏਗੀ, ਕਿਉਂਕਿ ਬਹੁਤ ਸਾਰੇ ਮੈਸੇਜ ਆਏ ਸੀਗੇ ਕਿ ਸਾਨੂੰ ਇਹ ਡਿਜ਼ਾਈਨ ਪਸੰਦ ਆ, ਇਸ ਕਲਰ ਦੇ ਉੱਪਰ ਕਰਨਾ। ਤਾਂ ਉਹਨਾਂ ਦੀ ਅਗਰ ਤੁਸੀਂ ਸਿੰਗਲ ਸੂਟ ਦਾ ਆਰਡਰ ਦਿੰਦੇ ਹੋ, ਪ੍ਰਾਈਸ ਥੋੜ੍ਹਾ ਜਿਹਾ ਉੱਪਰ ਹੋ ਜਾਂਦਾ, ਠੀਕ ਹੈ ਜੀ। ਅੱਜ ਜਿਹੜੇ ਸਾਰੇ ਸੂਟ ਰਹਿਣਗੇ 4900 ਪ੍ਰਾਈਸ ਆ, ਸ਼ਿਪਿੰਗ ਚਾਰਜਿਸ ਅਲੱਗ ਤੋਂ ਰਹਿਣਗੇ। ਪਾਰਟੀ ਵੀਅਰ ਸੂਟ ਨੇ, ਸਟੱਫ ਬਹੁਤ ਸੋਹਣਾ ਸਾਰੇ ਸੂਟਾਂ ਦਾ। ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ। ਜਿਹੜਾ ਵੀ ਸੂਟ ਪਸੰਦ ਆਇਆ ਤੁਸੀਂ ਮੇਰੇ ਨੰਬਰ 'ਤੇ ਪਿਕ ਸੈਂਡ ਕਰ ਸਕਦੇ ਹੋ। ਕਲੈਕਸ਼ਨ ਬਹੁਤ ਸੋਹਣੇ ਆ, ਤੁਹਾਨੂੰ ਅਲੱਗ ਅਲੱਗ ਕਲਰ ਵਰਕ ਸਟੱਫ ਦੇਖੋ ਜੀ, ਬਿਲਕੁਲ ਨਵਾਂ ਜਿਹਾ ਸਟੱਫ ਦੇ ਰਹੇ ਹਾਂ। ਸ਼ਿਮਰ ਦੇ ਉੱਪਰ ਹੈਗਾ ਜੀ ਸੂਟ ਇਹ। ਪਹਿਲਾਂ ਤਾਂ ਸਟੱਫ ਬਾਰੇ ਦੱਸ ਦਈਏ, ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਹਲਕੀ ਜਿਹੀ ਲਾਈਨ ਆ ਸਟੱਫ ਦੇ ਵਿੱਚ, ਲਾਈਨ ਲਾਈਨ ਆ ਰਹੀ ਹੈ, ਡਬਲ ਸ਼ੇਡਰ ਦੀ ਇੱਦਾਂ ਲਾਈਨਾਂ ਜਾ ਰਹੀਆਂ, ਬਿਲਕੁਲ ਅਲੱਗ ਲੁੱਕ ਦਾ ਸਟੱਫ ਹੈ ਇਹ। ਅਤੇ ਵਰਕ ਤੁਸੀਂ ਦੇਖ ਲਓ ਜੀ ਸੂਟ ਦਾ, ਲੈਂਥ ਦਾ ਕੋਈ ਇਸ਼ੂ ਨਹੀਂ, ਉੱਪਰ ਨੈੱਕ ਨਹੀਂ ਬਣਿਆ ਹੋਇਆ, ਤੁਸੀਂ ਮਾੜਾ ਮੋਟਾ ਵਰਕ ਕੱਟਦਾ ਜੀ ਉਹ ਵੀ ਕੱਟ ਸਕਦੇ ਹੋ। ਵੈਸੇ ਤਾਂ ਈਜ਼ੀਲੀ ਸਭ ਦੀ ਇਹ ਲੈਂਥ ਬਣੀ ਜਾਂਦੀ ਆ। ਇਹਦੇ ਵਿੱਚ ਮਟੀਰੀਅਲ ਬਹੁਤ ਸੋਹਣਾ ਲੱਗਿਆ ਹੋਇਆ, ਪਰਲ ਵਰਕ ਆ, ਅਤੇ ਨਾਲ ਹੈਗਾ ਜੀ ਇਹ ਕਰੇਪ ਦੀ ਸਲਵਾਰ, ਅਤੇ ਬਿਲਕੁਲ ਸੋਫਟ ਸ਼ਿਮਰ ਦਾ ਹੈਗਾ, ਸੋਫਟ ਸ਼ਿਮਰ ਬਿਲਕੁਲ ਫੋਰ ਸਾਈਡਡ ਪਲੱਸ ਦੁਪੱਟੇ ਦੇ ਨਾਲ, ਲੰਮਾ ਚੌੜਾ ਜਿਹਾ ਦੁਪੱਟੇ ਇੱਦਾਂ ਰਹੇਗਾ, ਸਾਰੇ ਬੂਟੀ ਸਾਰੇ ਫਰੰਟ ਦੇ ਵਿੱਚ ਇੱਦਾਂ ਵਰਕ ਰਹੇਗਾ। 4900 ਪ੍ਰਾਈਸ ਆ। ਇਸ ਸਟੱਫ ਦੇ ਵਿੱਚ ਤੁਹਾਨੂੰ ਅਸੀਂ ਕਲਰ ਆਪਸ਼ਨ ਦੇ ਦਿੰਦੇ ਹਾਂ, ਇੱਦਾਂ ਲਾਈਨ ਵਾਲਾ ਸਟੱਫ ਆ, ਸ਼ਾਇਦ ਵੀਡੀਓ 'ਚ ਨਾ ਦਿਖਦਾ ਹੋਵੇ। ਅਤੇ ਰਸਟ ਜਿਹਾ ਸ਼ੇਡ ਆ ਇਹ ਬਹੁਤ ਸੋਹਣਾ, ਇਹਦੇ ਵਿੱਚ ਜਿਹੜਾ ਸੈਕਿੰਡ ਕਲਰ ਆ, ਅਤੇ ਜਿਹੜਾ ਇਹਦਾ ਥਰਡ ਕਲਰ ਆ ਜੀ, ਇਹ ਵੀ ਕਲਰ ਬਹੁਤ ਪਿਆਰਾ ਸਟੱਫ, ਤੁਸੀਂ ਦੇਖ ਸਕਦੇ ਹੋ। ਪਰਲ ਵਰਕ ਨੂੰ ਐਨ ਪੂਰਾ ਮੜਿਆ ਹੋਇਆ, ਹੈਂਡ ਵਰਕ ਦੀ ਪੂਰੀ ਤਸੱਲੀ ਕਰਵਾਈ ਹੋਈ ਆ, ਫਿਨਿਸ਼ਿੰਗ ਇੰਨੀ ਕੁ ਜ਼ਿਆਦਾ ਦਿੱਤੀ ਹੋਈ ਆ। ਇਹ ਵੀ ਕਲਰ ਇਹਦੇ ਵਿੱਚ ਮਿਲ ਜਾਏਗਾ, ਠੀਕ ਹੈ ਜੀ। ਇੱਕ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਚਾਰ ਚਾਰ ਕਲਰ ਦੇ ਰਹੇ ਹਾਂ, ਤੁਸੀਂ ਕਿਸੇ ਨੂੰ ਗਿਫਟ ਦੇਣੇ ਆ, ਸਟਿਚ ਕਰਵਾ ਕੇ ਪਾਉਣੇ ਆ। 4900 ਦਾ ਸੂਟ ਆ, ਕਿਉਂਕਿ 5000 ਦੇ ਬਜਟ ਵਿੱਚ ਹਰ ਕੋਈ ਸਭ ਨੂੰ ਪਤਾ ਹੀ ਆ ਵੀ ਇਸ ਰੇਂਜ ਦੇ ਵਿੱਚ ਹੀ ਸੂਟ ਬਣਦਾ, ਪਰ ਜੇ ਇੱਦਾਂ ਦਾ ਸੂਟ ਨਹੀਂ ਬਣੇਗਾ ਜਿਹੜਾ ਅਸੀਂ ਤੁਹਾਨੂੰ ਦੇ ਰਹੇ ਹਾਂ। ਇਹ 6500-7000 ਦੀ ਰੇਂਜ ਵਾਲੇ ਸੂਟ ਨੇ, ਇਹ ਤੁਸੀਂ ਆਪਣੇ ਬਜਟ ਵਿੱਚ ਇਹਨਾਂ ਸੂਟਾਂ ਨੂੰ ਲੈ ਸਕਦੇ ਹੋ, ਕਿਉਂਕਿ ਕਲੈਕਸ਼ਨ ਬਹੁਤ ਸੋਹਣੀ ਆ। ਇਹ ਹੈਗਾ ਜੀ, ਪਹਿਲਾਂ ਸਟੱਫ ਬਾਰੇ ਦੱਸ ਦਈਏ, ਪਿਓਰ ਔਰਗੈਂਜ਼ਾ ਦਾ ਸਟੱਫ ਆ, ਅਤੇ ਮਲਟੀ ਕਲਰ ਦੇ ਵਿੱਚ ਆ, ਦੇਖੋ ਟਾਈ ਐਂਡ ਡਾਈ ਦੀ ਤਰ੍ਹਾਂ ਬਹੁਤ ਸੋਹਣਾ ਮਲਟੀ ਜਿਹਾ ਸ਼ੇਡ ਨੇ ਸਟੱਫ ਦੇ ਵਿੱਚ, ਅਤੇ ਇਹਨੂੰ ਆਪਾਂ ਨੇ ਹੈਂਡ ਵਰਕ ਦੇ ਨਾਲ ਰੈਡੀ ਕਰਵਾਇਆ, ਠੀਕ ਹੈ। ਸਾਰੇ ਫਰੰਟ ਹੈਵੀ ਦੇ ਵਿੱਚ ਆ, ਇਹਦੇ ਵਿੱਚ ਤੁਹਾਨੂੰ ਨਲਕੀ ਦਾ ਕੰਮ, ਕਟਦਾਣੇ ਦਾ ਕੰਮ ਮਿਲ ਜਾਏਗਾ ਜੀ, ਦਬਕੇ ਦਾ ਕੰਮ ਹੈ, ਪਰਲ ਵਰਕ ਹੈ, ਕਰੇਪ ਦੀਆਂ ਸਲਵਾਰਾਂ ਨੇ, ਦੁਪੱਟੇ ਦੀ ਲੁੱਕ ਦੇਖਿਓ, ਇਹ ਮਿਲ ਜਾਏਗੀ ਜੀ ਦੁਪੱਟੇ ਦੀ ਲੁੱਕ। ਪਾਰਟੀ ਵੀਅਰ ਸੂਟ ਨੇ, ਤੁਸੀਂ ਤੁਹਾਡੇ ਕੋਲ ਅਗਰ ਜਨਵਰੀ ਫਰਵਰੀ ਤੱਕ ਦਾ ਵੀ ਆਰਡਰ ਹੈ, ਮਤਲਬ ਕਿ ਤੁਹਾਡੇ ਕੋਈ ਫੰਕਸ਼ਨ ਹੈਗਾ, ਤਾਂ ਤੁਸੀਂ ਇੱਦਾਂ ਦੇ ਸੂਟ ਲੈ ਸਕਦੇ ਹੋ, ਕਿਉਂਕਿ ਤੁਹਾਡੇ ਬਜਟ ਵਿੱਚ ਆਉਣਗੇ ਸਭ ਦੇ ਇਹ, ਜੇ ਤੁਸੀਂ ਕਿਸੇ ਨੂੰ ਗਿਫਟ ਵੀ ਦੇਣੇ ਆ ਜਾਂ ਫਿਰ ਸਟਿਚ ਵੀ ਕਰਵਾਉਣੇ ਆ। ਕਲਰ ਮਿਲ ਜਾਏਗਾ ਜੀ ਇਹਦੇ ਵਿੱਚ ਪਿੰਕ,
ਤਿੰਨ ਕਲਰ ਨੇ, ਤਿੰਨੋਂ ਹੀ ਕਲਰ ਬਹੁਤ ਸੋਹਣੇ ਆ। ਠੀਕ ਹੈ ਜੀ, ਨੈਕਸਟ ਹੈਗਾ ਬਹੁਤ ਪਿਆਰਾ ਜਿਹਾ, ਇਹਦੇ ਵਿੱਚ ਸ਼ਾਇਦ ਤੁਹਾਨੂੰ ਨਾ ਦਿਖੇ ਵੀਡੀਓ 'ਚ, ਹੈਗਾ ਜੀ ਹਲਕਾ ਹਲਕਾ ਸ਼ਿਮਰ ਦੇ ਵਿੱਚ ਨਾ ਪ੍ਰਿੰਟ ਹੈ, ਇਹ ਬਹੁਤ ਸੋਹਣਾ ਸੈਲਫ ਪ੍ਰਿੰਟ ਆ ਅਤੇ ਉਸ 'ਤੇ ਵਰਕ ਕੀਤਾ ਹੋਇਆ, ਸਟੱਫ ਬਿਲਕੁਲ ਨਵਾਂ ਸੈਲਫ ਪ੍ਰਿੰਟ ਦੇ ਉੱਪਰ ਹੈਂਡ ਵਰਕ ਦਾ ਕੰਮ ਕੀਤਾ ਹੋਇਆ, ਦਬਕੇ ਦਾ ਕੰਮ ਹੈ ਜੀ ਉਹ ਵੀ। ਦੇਖੋ ਵਰਕ ਦੀ ਫਿਨਿਸ਼ਿੰਗ, ਦਬਕੇ ਦਾ ਕੰਮ ਕੀਤਾ ਹੋਇਆ, ਬਹੁਤ ਸੋਹਣਾ ਦਬਕਾ ਅਤੇ ਪਰਲ ਵਰਕ, ਬਸ ਦੋ ਹੀ ਆਈਟਮਾਂ ਜ਼ਿਆਦਾਤਰ ਲੱਗੀਆਂ ਹੋਈਆਂ। ਕਰੇਪ ਦੀ ਸਲਵਾਰ ਆ, ਸਟੱਫ ਬਿਲਕੁਲ ਨਵਾਂ, ਚਨੌਨ ਸ਼ਿਫੋਨ ਦਾ ਦੁਪੱਟਾ, ਸਰਦਾਰੀ ਜੀ ਲੁੱਕ ਦਾ ਸੂਟ ਆ ਜਾਏਗਾ, ਕੋਈ ਵੀ ਏਜ ਇਹਨੂੰ ਸੂਟ ਨੂੰ ਵੀਅਰ ਕਰ ਸਕਦੀ ਆ। ਕਲਰ ਆਪਸ਼ਨ ਪਰਪਲ ਆ, ਯਾਨੀਅਨ ਜਿਹਾ ਸ਼ੇਡ ਆ ਜਾਂਦਾ ਜੀ, ਬਹੁਤ ਸੋਹਣਾ। ਅਤੇ ਇਹ ਹੈਗੇ ਨੇ ਜੀ ਇਹਦੇ ਕਲਰ, ਅਤੇ ਇਹ ਹੈਗਾ ਜੀ ਇਹਦਾ ਚੌਥਾ ਕਲਰ। ਠੀਕ ਹੈ ਜੀ, ਅਤੇ ਇੱਕ ਜਿਹੜਾ ਮੈਂ ਤੁਹਾਨੂੰ ਪਹਿਲਾਂ ਮਲਟੀ ਸ਼ੇਡ ਦਾ ਸੂਟ ਦਿਖਾਇਆ, ਉਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ, ਇੱਕ ਕਲਰ ਇਹ ਆ, ਤੁਸੀਂ ਵੀਡੀਓ ਨੂੰ ਬੈਕ ਕਰਕੇ ਦੇਖ ਸਕਦੇ ਹੋ, ਤਿੰਨ ਕਲਰ ਤੁਹਾਨੂੰ ਪਹਿਲਾਂ ਦਿਖਾ ਤੇ, ਅਤੇ ਇਹ ਹੈਗਾ ਜੀ ਉਹਦਾ ਚੌਥਾ ਕਲਰ। ਠੀਕ ਹੈ ਜੀ, ਨੈਕਸਟ ਦੇ ਰਹੇ ਹਾਂ, ਬਹੁਤ ਸੋਹਣਾ ਸਟੱਫ ਹੈ ਜੀ, ਬਹੁਤ ਸੋਹਣਾ, ਬਿਲਕੁਲ ਸੋਫਟ ਸਟੱਫ ਦੇ ਉੱਪਰ ਇਹ ਵਾਲਾ ਜਿਹੜਾ ਸੂਟ ਆ, ਲੁੱਕ ਦੇਖ ਲਓ ਕਿੰਨਾ ਸੋਹਣਾ ਬਣਿਆ ਹੋਇਆ ਪੀਸ ਹੈ। ਬੇਲ ਦਿਖਾਉਂਦੇ ਹਾਂ ਜੀ ਸੂਟ ਦੇ, ਕਲਰ ਵੀ ਬਹੁਤ ਪਿਆਰੇ ਆ, ਕਰਸ਼ ਦੇ ਉੱਪਰ ਹੈ, ਟੈਬੀ ਕਰਸ਼ ਆ ਸਟੱਫ ਹੈ ਜਿਹੜਾ। ਠੀਕ ਹੈ, ਇਹ ਹੈਗੀ ਹੈ ਜੀ ਬੇਲ, ਘੇਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ, ਬਾਜੂ 'ਤੇ ਫੁੱਲ ਮਿਲ ਜਾਏਗਾ, ਪਰਲ ਵਰਕ ਅਤੇ ਕਟਦਾਣੀ ਦੇ ਨਾਲ ਇਹਦਾ ਬਹੁਤ ਸੋਹਣਾ ਡਿਜ਼ਾਇਨ ਕੀਤਾ ਹੋਇਆ। ਕਰੇਪ ਦੀ ਸਲਵਾਰ ਆ, ਬਿਲਕੁਲ ਸੋਫਟ ਟੈਬੀ ਕਰਸ਼ ਦੇ ਵਿੱਚ ਹੈਗਾ ਇਹਦਾ ਦੁਪੱਟਾ, ਸਾਰੇ ਹੀ ਦੁਪੱਟੇ ਦੇ ਵਿੱਚ ਬਹੁਤ ਸੋਹਣਾ ਸਿੱਪੀ ਦਾਣਾ ਲੱਗਿਆ ਹੋਇਆ, ਅਤੇ ਕੋਰਨਰ ਹੈਵੀ ਨੇ, ਅਤੇ ਪ੍ਰਾਈਸ ਹੈਗਾ ਜੀ ਸੇਮ 4900 ਸਾਰੀ ਵੀਡੀਓ ਦਾ। ਕਲਰ ਇਸ 'ਤੇ ਸਾਰੇ ਹੀ ਬਹੁਤ ਸੋਹਣੇ ਜਿਹੇ ਰਹਿਣਗੇ, ਪਿਸਟਲ ਜਾਂ ਸ਼ੇਡ ਨੇ ਸਾਰੇ, ਇਹ ਹੈਗੇ ਨੇ ਇਹਦੇ ਕਲਰ ਆਪਸ਼ਨ। ਠੀਕ ਹੈ, ਜਿਹੜਾ ਇਹ ਵਾਲਾ ਸਟੱਫ ਹੈ ਜੀ, ਇਹ ਲੁੱਕ ਸਟਨ ਦੀ ਦਿੰਦਾ, ਜਿਵੇਂ ਸਟਨ ਦਾ ਸਟੱਫ ਹੁੰਦਾ ਇੱਦਾਂ ਦੀ ਲੁੱਕ ਆਏਗੀ, ਬਟ ਹੈਗਾ ਇਹ ਬਹੁਤ ਸੋਫਟ ਸਟੱਫ ਹੈ, ਬਿਲਕੁਲ ਇੱਕ ਸ਼ਾਈਨ ਜੀ ਦੇਣ ਵਾਲਾ ਨਵਾਂ ਜਿਹਾ ਕਲਰ ਆ ਸਟੱਫ ਹੈ, ਅਤੇ ਵਰਕ ਤੁਸੀਂ ਦੇਖ ਲਓ, ਹੈਵੀ ਲੁੱਕ ਦਾ ਵਰਕ ਕਰਵਾਇਆ ਹੋਇਆ। ਦੇਖੋ ਸੂਟ, ਕਲਰ ਵੀ ਡਿਜ਼ਾਇਨ ਵੀ ਬਹੁਤ ਸੋਹਣਾ। ਠੀਕ ਹੈ, ਬਾਜੂ 'ਤੇ ਵੀ ਕੰਮ ਮਿਲ ਜਾਏਗਾ, ਇਹ ਬਾਜੂ ਦਾ ਕੰਮ ਹੈ ਜੀ, ਅਤੇ ਫਲਾਰ ਉੱਪਰ ਨੂੰ ਜਾ ਰਹੇ ਨੇ, ਬਹੁਤ ਪਿਆਰਾ ਕਟਦਾਣੀ ਦਬਕੇ ਦਾ ਕੰਮ ਹੈ। ਕਰੇਪ ਦੀ ਸਲਵਾਰ ਆ, ਅਤੇ ਦੁਪੱਟਾ ਫੋਰ ਸਾਈਡ ਹੈਵੀ ਦੁਪੱਟਾ, ਮਤਲਬ ਹੈਵੀ ਦੁਪੱਟੇ ਦੇ ਵੀ ਸੂਟ ਤੁਹਾਨੂੰ 4900 ਦੇ ਵਿੱਚ ਮਿਲ ਰਿਹਾ। ਕਲਰ ਆਪਸ਼ਨ ਸੈਕਿੰਡ, ਥਰਡ ਅਤੇ ਇਹਦਾ ਫੋਰਥ ਕਲਰ, ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ। ਠੀਕ ਹੈ ਜੀ, ਬਿਲਕੁਲ ਨਵੀਂ ਜੀ ਆਈਟਮ ਦੇ ਰਹੇ ਹਾਂ। ਸਟੱਫ ਪਹਿਲਾਂ ਤਾਂ ਦੇਖ ਲਓ, ਸ਼ਿਮਰ ਦੇ ਉੱਪਰ ਆ, ਬਿਲਕੁਲ ਸੋਫਟ ਵਾਲੀ ਸ਼ਿਮਰ ਹੈ ਜੀ ਇਹ। ਠੀਕ ਹੈ, ਅਤੇ ਸਾਰਾ ਹੀ ਬਹੁਤ ਸੋਹਣਾ ਟਾਈ ਐਂਡ ਡਾਈ ਦੀ ਤਰ੍ਹਾਂ ਇਹਦਾ ਡਿਜ਼ਾਇਨ ਆ ਜਿਹੜਾ,
ਸਟੱਫ ਹੈ ਇਹ ਬਣਿਆ ਹੋਇਆ ਜਿਹਦਾ ਘੇਰਾ, ਠੀਕ ਹੈ, ਦੇਖੋ ਕਿੰਨਾ ਪਿਆਰਾ ਘੇਰਾ, ਅਤੇ ਬਾਜੂ ਵੀ ਹੈਵੀ ਦੇ ਵਿੱਚ ਆ। ਕਰੇਪ ਦੀ ਰਹੇਗੀ ਜੀ ਇਹਦੇ ਨਾਲ ਸਲਵਾਰ ਅਤੇ ਚਨੋਨ ਸ਼ਫੋਨ ਦੇ ਦੁਪੱਟੇ ਨੇ। ਦੁਪੱਟੇ ਸਾਰੇ ਦੇ ਵਿੱਚ ਇੱਦਾਂ ਵਰਕ ਰਹੂਗਾ, ਲੰਮੇ ਚੌੜੇ ਦੁਪੱਟੇ। ਪ੍ਰਾਈਸ ਸੇਮ ਰਹੇਗਾ ਜੀ 4900 ਸਾਰੀ ਵੀਡੀਓ ਦਾ। ਇਹ ਚਾਰ ਕਲਰ ਨੇ, ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ। ਪਰਪਲ ਸਲਵਾਰ ਆ, ਗ੍ਰੀਨ ਸਟੋਨ ਅਤੇ ਮਹਿੰਦੀ ਆ, ਅਤੇ ਇਹ ਬਹੁਤ ਸੋਹਣਾ ਜਿਹਾ ਕਲਰ ਸਕਾਈ ਫਰੋਜ਼ੀ ਜਿਹਾ, ਠੀਕ ਹੈ। ਇੱਕ ਸੂਟ ਇਹ ਦਿੰਦੇ ਹਾਂ ਜੀ ਤੁਹਾਨੂੰ, ਇਹਨਾਂ ਦੀਆਂ ਸਲਵਾਰਾਂ ਡਾਈ ਹੋਣ ਵਾਸਤੇ ਗਈਆਂ ਹੋਈਆਂ। ਕਰੱਸ਼ ਦਾ ਸਟੱਫ ਹੈ ਇਹ, ਠੀਕ ਹੈ। ਕਰੱਸ਼ ਬਹੁਤ ਸੋਫਟ ਕਰੱਸ਼ ਆ, ਅਤੇ ਇੱਦਾਂ ਬਣੇ ਹੋਏ ਆ ਜੀ ਫਲਾਰ। ਉੱਪਰ ਨੂੰ ਜਾ ਰਹੀਆਂ ਬੇਲਾਂ, ਬਹੁਤ ਸੋਹਣੇ ਫੁੱਲ ਬਣੇ ਹੋਏ ਆ, ਰੋਜ਼ ਫਲਾਰ ਬਣੇ ਹੋਏ ਆ। ਅਤੇ ਇਹਦੇ ਵਿੱਚ ਤੁਹਾਨੂੰ ਇੱਦਾਂ ਦੁਪੱਟਾ ਮਿਲ ਜਾਏਗਾ, ਸਾਰੇ ਕਰੱਸ਼ ਦੇ ਉੱਪਰ ਲੰਮੇ ਚੌੜੇ ਦੁਪੱਟੇ ਆ। ਕਲਰ ਆਪਸ਼ਨ ਦੇਖੋ ਕਿੰਨੀ ਸੋਹਣੀ ਸੋਹਣੀ ਆ ਜੀ। ਇਹਨਾਂ ਨਾਲ ਅਸੀਂ ਹਲੇ ਸਲਵਾਰਾਂ ਡਾਈ ਕਰਾਉਣੀ ਹੈ, ਅਤੇ ਇੱਕ ਨਾਲ ਇਹਦੇ ਨਾਲ ਸਲਵਾਰ ਰੈਡੀ ਆ। ਇੱਦਾਂ ਕਰੇਪ ਦੀਆਂ ਸਲਵਾਰਾਂ ਹੋਣਗੀਆਂ ਜੀ ਸਾਰਿਆਂ ਦੇ ਨਾਲ, ਅਤੇ ਤਿੰਨ ਸੂਟਾਂ ਦੇ ਨਾਲ ਹਲੇ ਅਸੀਂ ਸਲਵਾਰ ਰੈਡੀ ਕਰਵਾਉਣੀ ਆ। ਅਤੇ ਪ੍ਰਾਈਸ ਹੈਗਾ ਇਹ 4900। ਕਲਰ ਆਪਸ਼ਨ ਬਹੁਤ ਸੋਹਣੀ ਆ, ਲੰਮੇ ਚੌੜੇ ਦੁਪੱਟਿਆਂ ਦੇ ਨਾਲ ਸੂਟ ਰਹਿਣਗੇ, ਠੀਕ ਹੈ ਜੀ। ਇਹ ਹੈਗਾ ਬਰੋਕਿਟ ਸ਼ਿਮਰ ਦੇ ਉੱਪਰ ਸੂਟ, ਬਰੋਕਿਟ ਦਾ ਸੂਟ ਹੈ, ਬਰੋਕਿਟ ਸਿਲਕ। ਆਰੀ ਦਾ ਵਰਕ ਕੀਤਾ ਹੋਇਆ, ਹੈਂਡ ਵਰਕ ਹੈ ਜੀ ਸਾਰਾ ਇਹਦੇ ਵਿੱਚ ਸੂਟ 'ਚ। ਇੱਦਾਂ ਬਣਿਆ ਹੋਇਆ ਘੇਰਾ, ਕਲਰ ਦੇਖੋ ਕਿੰਨਾ ਸੋਹਣਾ, ਅਤੇ ਡਿਜ਼ਾਇਨ ਬਹੁਤ ਪਿਆਰਾ। ਬਾਜੂ ਵੀ ਹੈਵੀ 'ਚ ਮਿਲ ਜਾਣਗੀਆਂ, ਅਤੇ ਘੇਰਾ ਤਾਂ ਬਹੁਤ ਯੂਨੀਕ ਜਿਹਾ ਬਣਿਆ ਹੋਇਆ। ਇਹਨਾਂ ਸੂਟਾਂ ਦੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ। ਸਿਲਕ ਦੀ ਸਲਵਾਰ ਹੈ ਜੀ ਨਾਲ, ਅਤੇ ਸ਼ਿਮਰ ਦਾ ਹੈਗਾ ਇਹਦਾ ਦੁਪੱਟਾ, ਐਵੇਂ ਰਹੇਗਾ ਦੁਪੱਟਾ। ਕਲਰ ਆਪਸ਼ਨ ਪਿੰਕ, ਮਹਿੰਦੀ ਅਤੇ ਰਸਟ। ਦੇਖੋ ਜੀ ਸੂਟ, ਕਲਰ ਡਿਜ਼ਾਇਨ ਬਹੁਤ, ਡਿਜ਼ਾਇਨ ਹੀ ਬਹੁਤ ਸੋਹਣਾ ਸੂਟ ਦਾ। ਬਰੋਕਿਟ ਦੀ ਸ਼ਰਟ ਆ, ਠੀਕ ਹੈ ਜੀ। ਡਿਜ਼ਾਇਨਿੰਗ ਤੁਸੀਂ ਦੇਖ ਸਕਦੇ ਹੋ, ਬਹੁਤ ਯੂਨੀਕ ਡਿਜ਼ਾਇਨਿੰਗ ਆ। 4900 ਦੇ ਵਿੱਚ ਸੂਟ ਰਹੇਗਾ। ਤੁਸੀਂ ਗਿਫਟ ਵਾਸਤੇ ਲੈਣੇ ਆ, ਔਰਗੈਂਜ਼ਾ ਦਾ ਦੁਪੱਟਾ ਇਹਦੇ ਨਾਲ ਪਿਓਰ ਦਾ, ਸਾਰੇ ਦੁਪੱਟੇ 'ਚ ਵਰਕ ਹੈ। ਕਲਰ ਆਪਸ਼ਨ ਇੱਕ ਤੋਂ ਇੱਕ ਨੇ, ਜਿਹੜਾ ਵੀ ਕਲਰ ਚੁੱਕੋਗੇ ਉਹੀ ਕਲਰ ਸੋਹਣਾ। ਸਿਲਕ ਵੇਸ 'ਤੇ ਸੂਟ ਦੇ ਰਹੀ ਹਾਂ ਤੁਹਾਨੂੰ, ਬਹੁਤ ਸੋਹਣਾ ਸੂਟ ਹੈ ਇਹ। ਸ਼ਰਟ ਹੈਗੀ ਹੈ ਜੀ ਸਿਲਕ ਦੇ ਉੱਪਰ, ਵਰਕ ਦੇਖੋ ਸੂਟ ਦਾ, ਰਸਟ ਕਲਰ ਦਾ ਸੂਟ ਹੈ,
ਸਿਲਕ ਦੇ ਉੱਪਰ ਹੈ ਜੀ, ਠੀਕ ਹੈ। ਅਤੇ ਇਹ ਹੈਗੀ ਹੈ ਜੀ ਸਲਵਾਰ ਕਰੇਪ ਦੀ, ਅਤੇ ਇਹ ਹੈਗਾ ਇਹਦਾ ਸਿਲਕ ਵੇਸ ਦੇ ਉੱਪਰ ਹੀ ਦੁਪੱਟਾ। ਬਹੁਤ ਸੋਹਣੇ ਸੂਟ ਹਨ, ਡਿਜ਼ਾਈਨ ਅਤੇ ਇਹਨਾਂ ਦੇ ਕਲਰ ਅਤੇ ਸਟੱਫ ਬਹੁਤ ਪਿਆਰੇ ਪਿਆਰੇ ਆ। ਸਾਰੇ ਹੀ ਫਰੰਟ ਦੇ ਵਿੱਚ ਬਹੁਤ ਪਿਆਰੀ ਬੂਟੀ ਬਣੀ ਹੋਈ ਆ। ਇਹੀ ਅਗਰ ਤੁਸੀਂ ਵਰਕ ਕਰਵਾਉਂਦੇ ਹੋ ਸਿੰਗਲ ਕਲਰ 'ਤੇ ਤਾਂ ਤੁਹਾਨੂੰ ਇਹੀ ਸੂਟ ਕੋਸਟ ਕਰਨਗੇ ਜੀ 7000 ਦੇ ਲਗਭਗ। ਦੇਖੋ ਜੀ ਵੀ ਨੈਕ ਦੇ ਵਿੱਚ ਸੂਟ ਦਿੰਦੇ ਹਾਂ, ਸ਼ਿਮਰ ਦੇ ਉੱਪਰ ਸੂਟ ਆ, ਬਿਲਕੁਲ ਸੋਫਟ ਸਟੱਫ 'ਤੇ ਨੀਚੇ ਤੱਕ ਇਹਦਾ ਸਟਾਈਲ ਜਾ ਰਿਹਾ। ਇਹ ਸੂਟ ਨੂੰ ਤੁਸੀਂ ਨੀਚੇ ਨਾ ਹੈਂਗਿੰਗ ਵਾਲੀ ਲੇਸ ਲਗਾ ਸਕਦੇ ਹੋ, ਪਰਲ ਵਰਕ ਦੇ ਵਿੱਚ ਹੈਂਗਿੰਗ ਵਾਲੀ ਲੇਸ, ਬਹੁਤ ਸੋਹਣਾ ਘੇਰਾ ਬਣੇਗਾ। ਇਹ ਹੈਗਾ ਜੀ ਇਹਦਾ ਦੁਪੱਟਾ ਸ਼ਿਮਰ ਦੇ ਉੱਪਰ, ਇਹ ਕਲਰ ਆਪਸ਼ਨ ਦੇ ਦਿੰਦੇ ਇਹਦੇ ਵੀ। ਪੈਂਟਾਂ ਬਣਵਾ ਸਕਦੇ ਹੋ, ਸਲਵਾਰਾਂ ਬਣਾ ਸਕਦੇ ਹੋ, ਲੂਜ਼ ਪਲਾਜ਼ੋ, ਗਰਾਰੇ ਸ਼ਰਾਰੇ, ਕਲੀਆਂ ਵਾਲੇ ਪਲਾਜ਼ੋ, ਜਿੱਦਾਂ ਮਰਜ਼ੀ ਤੁਸੀਂ ਸੂਟ ਨੂੰ ਡਿਜ਼ਾਈਨ ਕਰਵਾ ਸਕਦੇ ਹੋ। ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਏਗੀ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ। ਵੀਡੀਓ ਦੇਖਣ ਲਈ ਥੈਂਕ ਯੂ ਜੀ, ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ ਸੋ ਮੱਚ।